ਚੰਗੀ ਭਲੀ ਮੇਰੀ ਗਰਲਫ੍ਰੈਂਡ ਸੀ ਤੇ ਕਿਸੇ ਨੇ ਪੰਪ ਦੇ ਗਏ ਤੇ ਮੇਰਾ ਬ੍ਰੇਕਅਪ ਕਰਾ ਦਿੱਤਾ। ਇਹ ਯਾਰ ਬ੍ਰੇਕਅਪ ਕਹਾਣੀ ਹੈਗੀ ਘਰ ਘਰ ਦੀ। ਅੱਛਾ। ਇਹ ਨਾ ਕੁੜੀ ਦਾ ਹਮੇਸ਼ਾ ਇੱਕ ਫਰੈਂਡ ਹੁੰਦਾ ਬੜਾ ਕਲੋਜ਼। ਅੱਛਾ। ਉਹ ਜਿਹੜਾ ਫਰੈਂਡ ਆ ਉਹ ਬਹੁਤ ਚਵਲ ਹੁੰਦਾ। ਅੱਛਾ। ਜਿੰਨੇ ਬ੍ਰੇਕਅਪ ਹੁੰਦੇ ਉਹ ਜਿਹੜੇ ਫਰੈਂਡ ਹੁੰਦਾ ਨਾ ਕੁੜੀ ਦਾ, ਜ਼ਿਆਦਾਤਰ ਬ੍ਰੇਕਅਪ ਦੀ ਕਹਾਣੀ ਉਹ ਤੋਂ ਸ਼ੁਰੂ ਹੁੰਦੀ ਫਰੈਂਡ ਤੋਂ। ਉਹਦਾ ਯੋਗਦਾਨ ਹੁੰਦਾ ਕੁੱਲ ਮਿਲਾ ਕੇ। ਉਹਦਾ ਯੋਗਦਾਨ ਹੁੰਦਾ। ਉਹਦਾ ਚੱਕਰ ਪਤਾ ਕੀ, ਕੁੜੀ ਨੇ ਸਾਰੀ ਦਿਹਾੜੀ ਜੋ ਖਾਧਾ ਪੀਤਾ, ਜੋ ਗਤੀਵਿਧੀਆਂ ਕੀਤੀਆਂ, ਬੁਆਏਫ੍ਰੈਂਡ ਨਾਲ ਲੜਾਈ ਝਗੜਾ, ਉਹਨੇ ਹਰ ਚੀਜ਼ ਫਰੈਂਡ ਨੂੰ ਦੱਸਣੀ ਹੈ। ਕੁੜੀਆਂ ਦੀ ਪ੍ਰੋਬਲਮ ਹੁੰਦੀ ਹੈ ਤਾਂ ਫਰੈਂਡ ਨਾਲ ਸ਼ੇਅਰ ਕਰਦੀਆਂ। ਪੱਕੀ ਗੱਲ। ਕਿਉਂਕਿ ਚੱਕਰ ਕੀ ਹੁੰਦਾ ਕਿ ਜਿਹੜਾ ਬੁਆਏਫ੍ਰੈਂਡ ਹੁੰਦਾ ਉਹ ਜਦੋਂ ਨਵੀਂ ਨਵੀਂ ਫਰੈਂਡਸ਼ਿਪ ਹੁੰਦੀ ਫੋਨ 'ਤੇ ਗੱਲਬਾਤ ਕਰਦਾ ਹੁੰਦਾ ਬਹੁਤ ਜ਼ਿਆਦਾ, ਬੜੀ ਬੜਾ ਕੇਅਰਿੰਗ ਹੁੰਦਾ ਨਾ ਉਦੋਂ। ਉਹ ਮੁੜ ਕੇ ਜਦੋਂ ਨਜ਼ਦੀਕੀਆਂ ਵੱਧ ਜਾਂਦੀਆਂ ਗਰਲਫ੍ਰੈਂਡ ਬੁਆਏਫ੍ਰੈਂਡ ਦੀਆਂ ਅਤੇ ਫੋਨ 'ਤੇ ਗੱਲਬਾਤ ਕਰਨੀ ਘੱਟ ਜਾਂਦੇ ਆ ਅਤੇ ਉਹ ਆਪਣੇ ਕੰਮਾਂ ਕਾਰਾਂ 'ਚ ਰੁਝੇਵੇਂ ਜਿਹੜੇ ਆ ਬੰਦੇ ਦੇ ਵੱਧ ਜਾਂਦੇ ਆ ਅਤੇ ਕੁੜੀ ਨੂੰ ਚਾਹੀਦਾ ਹੁੰਦਾ ਉਹ ਟ੍ਰੀਟਮੈਂਟ। ਸੇਮ। ਹੁਣ ਇੰਨੀ ਜਿੰਨੀ ਗੱਲ ਪਹਿਲਾਂ ਬੁਆਏਫ੍ਰੈਂਡ ਸੁਣਦਾ ਸੀ, ਹੁਣ ਉਦੋਂ ਬਾਅਦ ਸਿਰਫ ਫਰੈਂਡ ਹੀ ਆ ਜਿਹੜਾ ਇੰਨਾ ਟਾਈਮ ਉੱਧਰਾਂ ਫੋਨ 'ਤੇ ਲੱਗਾ ਰਹਿੰਦਾ, ਮੱਲਾ ਜਿਹੜਾ ਉਹਨਾਂ ਵੱਧ ਤੋਂ ਵੱਧ ਉਹਦੀ ਗੱਲ ਸੁਣਦਾ, ਉਹਦੀ ਗੱਲ ਦੀ ਹਾਮੀ ਭਰਦਾ। ਅਤੇ ਕੁੜੀ ਜਦੋਂ ਦੱਸਦੀ ਆ ਵੀ ਮੇਰੀ ਲੜਾਈ ਹੋ ਗਈ ਆ ਅਤੇ ਫਰੈਂਡ ਉਹਨੂੰ ਸਮਝਾਉਂਦਾ ਨਹੀਂ ਆ ਵੀ ਇਹ ਯਾਰ ਫਿਰ ਕੀ ਆ ਵੀ ਜੇ ਤੇਰੀ ਲੜਾਈ ਹੋ ਗਈ ਤਾਂ ਮੈਨੂੰ ਨਹੀਂ ਦੱਸਣਾ ਚਾਹੀਦਾ ਤੈਨੂੰ, ਉਹ ਉਲਟਾ ਪੰਪ ਦੇ ਦਿੰਦਾ ਨਾ ਮੈਨੇ ਤਾਂ ਤੇਰੇ ਕੋਲ ਪਹਿਲਾਂ ਹੀ ਬੋਲਾ ਥਾ ਜੇ ਤੇਰੇ ਕਾਬਿਲ ਹੀ ਨਹੀਂ ਹੈ, ਇਸ ਕੀ ਹਰਕਤਾਂ ਅੱਛੀ ਨਹੀਂ ਹੈ। ਕੁੜੀ ਜਦੋਂ ਲੜਦੀ ਹੈ ਗੁੱਸੇ 'ਚ ਹਮੇਸ਼ਾ ਬੋਲ ਦਿੰਦੀ ਹੈ। ਪੱਕੀ ਗੱਲ। ਵੀ ਆਪਣਾ ਮੈਨੂੰ ਪਤਾ ਤੇਰੀਆਂ ਹਰਕਤਾਂ ਠੀਕ ਨਹੀਂ ਹੈਗੀਆਂ। ਹੁਣ ਸੋਚਣ ਵਾਲੀ ਗੱਲ ਹੈ ਵੀ ਉਹਨੂੰ ਕਿੱਥੋਂ ਪਤਾ ਲੱਗਦਾ, ਉਹਨੂੰ ਸਿਰਫ ਗਲਤ ਗਾਈਡ ਕੀਤਾ ਹੁੰਦਾ ਫਰੈਂਡ ਨੇ। ਉਹੀ ਮਤਲਬ ਹੁਣ ਯਾਰ ਬੁਆਏਫ੍ਰੈਂਡ ਹੁੰਦਾ ਬਹੁਤ ਨਜ਼ਦੀਕ ਅਤੇ ਇਹ ਜਿਹੜਾ ਫਰੈਂਡ ਹੁੰਦਾ ਅੰਦਰ ਖਾਤੇ ਲਾਈਨ ਇਹ ਵੀ ਮਾਰਦਾ ਹੁੰਦਾ, ਸ਼ੋਅ ਨਹੀਂ ਕਰਦਾ ਵੀ ਗੁੱਝਾ ਜਿਹਾ ਕੰਮ ਇਹਨਾਂ ਹੁੰਦਾ ਵੀ ਚੱਲ ਆਪੇ ਕਿਤੇ ਨਾ ਕਿਤੇ ਸੂਤਰ ਲੱਗੂਗਾ ਹੀ, ਮੌਕਾ ਲੱਭਦਾ ਆ ਕੁੱਲ ਮਿਲਾ ਕੇ ਮੌਕਾ ਲੱਭਣ ਜਾਂਦਾ ਅਤੇ ਜਦੋਂ ਇਹਨੂੰ ਇੱਦਾਂ ਮੌਕਾ ਲੱਭ ਜਾਂਦਾ ਵਾ ਅਤੇ ਇਹ ਪੰਪ ਦੇਈ ਜਾਂਦਾ ਕੁੜੀ ਨੂੰ ਇਹ ਤੇਰੇ ਲਾਇਕ ਹੀ ਨਹੀਂ ਹੈਗਾ, ਤੇਰਾ ਤਾਂ ਗਲਤ ਬੰਦੇ ਸੇ ਪਾਲਾ ਪੜ ਗਿਆ ਤੇਰਾ, ਮੈਂ ਤੇਰੇ ਕੋਲ ਬੋਲਾ ਥਾ ਮੇਰੇ ਸੇ ਫਰੈਂਡਸ਼ਿਪ ਕਰ ਲਾ ਅਤੇ ਅੱਛਾ ਆਪ ਸਾਲਾ ਭਾਵੇਂ ਬਾਅਦ 'ਚ ਉਹ ਤੋਂ ਵੀ ਜ਼ਿਆਦਾ ਪਰੇਸ਼ਾਨ ਕਰੇ ਅਤੇ ਇਹ ਸੱਚਾਈ ਹੈ ਕਿਉਂਕਿ ਹਾਲੇ ਫਰੈਂਡਸ਼ਿਪ ਹੋਈ ਨਹੀਂ ਨਾ ਤਾਂ ਕੇਅਰਿੰਗ ਆ ਉਹ ਤਾਂ ਕਰਕੇ ਇਹਨਾਂ ਫੋਨ 'ਤੇ ਟਾਈਮ ਸਪੈਂਡ ਕਰਦਾ। ਜਦੋਂ ਉਹਦੀ ਫਰੈਂਡਸ਼ਿਪ ਹੋ ਗਈ ਬਹੁਤ ਨਜ਼ਦੀਕੀਆਂ ਵੱਧ ਗਈਆਂ ਅਤੇ ਉਹ ਜਿੰਨਾ ਉਹ ਫਿਰ ਉਹੀ ਕੰਮ ਹੋ ਜਾਣਾ ਉਹਦਾ ਵੀ ਉੱਥੇ ਹੀ ਕਲੀ ਆ ਜਾਣੀ ਅਤੇ ਇਹ ਤਾਂ ਕੁੜੀਆਂ ਨੂੰ ਸਮਝਣਾ ਚਾਹੀਦਾ ਕਿ ਜਿਹੜਾ ਫਰੈਂਡ ਆ ਨਾ ਇਹ ਲਾਈਫ 'ਚੋਂ ਜਿੰਨੀ ਛੇਤੀ ਹੋ ਸਕਦਾ ਬਾਹਰ ਮਾਰੋ, ਇਹਨੂੰ ਬਾਹਰ ਮਾਰੋ ਅਤੇ ਆਪਣੀ ਜਿਹੜੀ ਆ ਫਰੈਂਡਸ਼ਿਪ ਆ ਉਹਨੂੰ ਕੰਟੀਨਿਊ ਕਰੋ। ਤੇਰੀਆਂ ਵੀ ਬੇੜੀਆਂ 'ਚ ਵੱਟੇ ਨਾ ਜਿਹੜੇ ਉਹ ਫਰੈਂਡ ਨਹੀਂ ਪਾਏ ਹੋਣਗੇ, ਪੱਕੀ ਗੱਲ, ਕੋਈ ਨਾ ਕੋਈ ਜ਼ਰੂਰ ਪਿੱਛੇ ਛੁਪਿਆ ਹੋਊਗਾ ਇਹ ਗੱਲ, ਕਿਉਂਕਿ ਤੀਜਾ ਰਲਿਆ ਤਾਂ ਝੁੱਗਾ ਗਲਿਆ ਹੈ ਨਾ। ਇਹ ਜਿਹੜਾ ਫਰੈਂਡ ਆ ਨਾ ਇਹ ਬਹੁਤ ਖਤਰਨਾਕ ਹੁੰਦਾ ਫਰੈਂਡਸ਼ਿਪ ਦੇ ਵਿੱਚ ਅਤੇ ਜਿਹੜੇ ਕਈ ਮੈਰਿਡ ਕਪਲ ਆ ਮੰਨ ਲਾ ਬਹੁਤ ਸੋਹਣੀ ਲਾਈਫ ਚੱਲਣ ਦੀ ਹੁੰਦੀ ਹੈ, ਹੁਣ ਕਾਲਜ 'ਚ ਸੁਭਾਵਿਕ ਗੱਲ ਹੈ ਹੁੰਦਾ ਹੀ ਆ ਚੱਲ ਫਰੈਂਡ ਇਹ ਆ ਵੀ ਜਦੋਂ ਕੁੜੀ ਦੀ ਫਰੈਂਡਸ਼ਿਪ ਹੋ ਗਈ ਜਾਂ ਮੈਰਿਜ ਹੋ ਗਈ ਉਦੋਂ ਆਪਣੇ ਫਰੈਂਡ ਨੂੰ ਹਰੇਕ ਗੱਲ ਨਹੀਂ ਦੱਸਣੀ ਚਾਹੀਦੀ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਪਰ ਕੁੜੀ ਨੂੰ ਐਂ ਲੱਗਦਾ ਹੁੰਦਾ ਵਾ ਵੀ ਗੱਲ ਉਹ ਸੁਣਦਾ ਬੜੇ ਧਿਆਨ ਨਾਲ ਨਾ ਫਰੈਂਡ, ਅਤੇ ਕੁੜੀ ਨੂੰ ਲੱਗਦਾ ਹੁੰਦਾ ਵੀ ਇਹ ਮੇਰਾ ਵਿਸ਼ਵਾਸ ਦਾ ਪਾਤਰ ਆ
ਤੇ ਇਹ ਮੈਨੂੰ ਬਹੁਤ ਚੰਗਾ ਆ, ਬਹੁਤ ਲੋੜ ਤੋਂ ਜ਼ਿਆਦਾ ਚੰਗਾ ਆ, ਮੈਨੂੰ ਸਹੀ ਸਲਾਹ ਦਿੰਦਾ। ਇਹ ਨਹੀਂ ਪਤਾ ਵੀ ਅੰਦਰ ਖਾਤੇ ਜੜ੍ਹਾਂ ਵੱਢਣ ਦਿਆ, ਅੰਦਰ ਖਾਤੇ ਜੜ੍ਹਾਂ ਵੱਢਣ ਦਿਆ, ਬੇੜਾ ਗਰਕ ਕਰਨ ਦਿਆ। ਤੇ ਇਹ ਫਰੈਂਡ ਕਈਆਂ ਨੇ ਤੇ ਭਰਾਵਾ ਜਿਹੜੇ ਕੋਈ ਗੁੱਸੇ ਵਾਲੇ ਆ ਨਾ, ਕੋਈ ਆਪਣਾ ਬੋਏਫ੍ਰੈਂਡ ਕੁੜੀਆਂ ਦੇ ਜਾਂ ਮੁੰਡੇ ਹਸਬੈਂਡ, ਉਹਨਾਂ ਨੇ ਕਈ ਫਰੈਂਡ ਤਪਲਾਏ ਵੀ। ਤੁਹਾਡੀ ਮੈਰਿਡ ਲਾਈਫ ਚ ਵੀ ਕਾਊਂਟ ਕਰਦਾ ਹੈ ਤੇ ਇਹ ਚ ਵੀ ਫਰੈਂਡਸ਼ਿਪ ਵੀ, ਉਦੋਂ ਤੋਂ ਸਮਝ ਲਓ ਵੀ ਪੁੱਠੇ ਦਿਨ ਤੁਹਾਡੇ ਸ਼ੁਰੂ ਹੋ ਗਏ। ਮੁੰਡੇ ਨੂੰ ਵਿਚਾਰੇ ਨੂੰ ਪਤਾ ਨਹੀਂ ਹੁੰਦਾ ਵੀ ਕੀ ਚੱਲਣ ਡਿਆ ਮੇਰੇ ਪਿੱਠ ਵਿੱਚ, ਪਤਾ ਵੀ ਉਹ ਕਿਹਦੇ ਨਾਲ ਸਾਂਝਾ ਉਹਦੀਆਂ ਕੀ ਚੱਲਣ ਡਈਆਂ। ਉਹ ਕੁੜੀ ਨੂੰ ਸਿਰਫ ਇੱਕ ਹੀ ਚੱਕਰ ਹੁੰਦਾ ਵੀ ਉਹ ਟਾਈਮ ਬਹੁਤ ਦੇ ਰਿਹਾ ਹੁੰਦਾ, ਉਹੀ ਗੱਲ ਕੁੜੀ ਨੂੰ ਚੰਗੀ ਲੱਗੀ ਜਾਂਦੀ ਵੀ ਅਰੇ ਬਹੁਤ ਚੰਗਾ ਬੰਦਾ, ਬਹੁਤ ਕੇਅਰਿੰਗ ਆ। ਪੱਕੀ ਗੱਲ। ਤੇ ਕੇਅਰਿੰਗ ਨੂੰ ਹੁਣ ਇਸ ਤਰ੍ਹਾਂ ਹੀ ਆ, ਹੁਣ ਮੁੰਡਾ ਜਿਹੜਾ ਬੋਏਫ੍ਰੈਂਡ ਆ ਉਹ ਵਿਚਾਰਾ ਆਪਣੇ ਜਦੋਂ ਫਰੈਂਡਸ਼ਿਪ ਹੋ ਗਈ ਸਾਲ 6 ਮਹੀਨੇ 2 ਸਾਲ ਹੋ ਗਏ ਆ, ਤਾਂ ਉਹਨੇ ਆਪਣੇ ਕਾਰ ਵਿਹਾਰ ਕਰਨੇ, ਕੰਮ ਕਾਰ ਕੋਈ ਦਿਹਾੜੀ ਤਾਂ ਆਪਾਂ ਕਰਨਾ ਕਿ ਨਹੀਂ ਕਰਨੇ ਕਰਨੇ। ਅਤੇ ਕੁੜੀ ਨੂੰ ਹੁਣ ਐਂ ਲੱਗਦਾ ਵੀ ਮੈਨੂੰ ਉਨਾ ਹੀ ਟਾਈਮ ਦੇ ਪਹਿਲਾਂ ਜਿੰਨਾ ਹੀ, ਵੀ ਜੇ ਕਿਤੇ ਦਿਹਾੜੀ ਤਾਂ ਆਪਾਂ ਕਰਨ ਡਿਆ ਛੱਡ ਕੇ ਬਹਿ ਜਾ ਤੇ ਮੈਨੂੰ ਟਾਈਮ ਦੇ। ਫਰੈਂਡ ਵਿਹਲਾ ਹੁੰਦਾ, ਫਰੈਂਡ ਸਾਲਾ ਵਿਹਲਾ ਹੁੰਦਾ 24 ਘੰਟੇ, ਲੱਤਾਂ ਲਮਕਾ ਕੇ ਬੈਠਾ ਹੁੰਦਾ ਕੱਢਾ ਤੇ ਕਿਤੇ ਨਾ ਕਿਤੇ, ਅਤੇ ਉਹ ਪੁੱਠੇ ਸਿੱਧੇ ਪੰਪ ਦਈ ਜਾਣੇ, ਜਦੋਂ ਦਈ ਜਾਣੇ ਤਾਂ ਕੁੜੀ ਦੇ ਕਿਸੇ ਨਾ ਕਿਸੇ ਦਿਨ ਤਾਂ ਦਿਮਾਗ 'ਚੋਂ ਗੱਲਾਂ ਵਰਕ ਕਰਨੀਆਂ ਸ਼ੁਰੂ ਕਰ ਦਿੰਦੀਆਂ ਵੀ ਇਹ ਸਹੀ ਕਹਿਣ ਡਿਆ, ਉਹ ਬੰਦਾ ਮੇਰੇ ਲਾਇਕ ਨਹੀਂ ਹੈਗਾ, ਇਹ ਬੈਟਰੀ ਆ ਫਰੈਂਡ ਆ, ਫਰੈਂਡ ਠੀਕ ਹੈ। ਤਾਂ ਜਦੋਂ ਫਰੈਂਡ ਨਾਲ ਫਰੈਂਡਸ਼ਿਪ ਹੋ ਜਾਂਦੀ ਆ ਤਾਂ ਉਹ 2-4 ਮਹੀਨੇ ਬਾਅਦ ਉਹ ਵੀ ਚਵਲਪਣਾ ਸ਼ੁਰੂ ਕਰ ਦਿੰਦਾ ਫਿਰ। ਅੱਛਾ ਫਿਰ ਫਿਰ ਕਿਹੜੀਆਂ ਕੁੜੀ ਦੀਆਂ ਅੱਖਾਂ ਖੁੱਲਦੀਆਂ ਹੁਣ ਜਿਹਨੂੰ ਕੋਈ ਹੋਰ ਫਰੈਂਡ ਬਣ ਜਾਂਦਾ? ਅੱਛਾ ਹੁਣ ਇਹ ਫਰੈਂਡ ਅਤੇ ਬੋਏਫ੍ਰੈਂਡ ਹੋ ਗਿਆ, ਹੁਣ ਫਰੈਂਡ ਗਾਂ ਕੋਈ ਨਵਾਂ ਬਣ ਜਾਂਦਾ ਫਿਰ ਉਹ ਚੰਗਾ ਲੱਗਣਾ ਸ਼ੁਰੂ ਹੋ ਜਾਂਦਾ। ਤਾਂ ਕਰਕੇ ਫਰੈਂਡ ਨੂੰ ਅਵਾਈਡ ਕਰਨਾ ਚਾਹੀਦਾ ਜਿੰਨੀ ਛੇਤੀ ਹੋ ਸਕਦਾ, ਇਹਨੂੰ ਲਾਈਫ 'ਚੋਂ ਕੱਢ ਕੇ ਬਾਹਰ ਮਾਰੋ ਅਤੇ ਫਿਰ ਜਿਹੜੀ ਆ ਆਪਣੀ ਲਾਈਫ ਆ ਕੰਟੀਨਿਊ, ਤੁਹਾਡੀ ਲਾਈਫ ਸਹੀ ਚੱਲਦੀ ਹੈ। ਸੋ ਤਾਂ ਕਰਕੇ ਇੱਦਾਂ ਦਾ ਸਿਲਸਿਲਾ ਬਣ ਜਾਂਦਾ।